वेलकम टू खन्ना न्यूज लाइव। खन्ना लुधियाना मार्ग ते गुरुद्वारा श्री मंजी साहब नेड़े जीटी रोड उपर वापरे भयानक सड़क हादसे विच मां पुत अते मासूम बच्ची दी मौत हो गई। हादसे विच कैंटर मोटरसाइकिल सवार तिन्ना जाने उपर चढ़ गया। जानकारी दे अनुसार खन्ना दे कृष्णा नगर विच रहन वाले राजू अपनी मां अते भतीजी नाल मोटरसाइकिल ते सवार होके दुराहा अपने रिश्तेदारां दा हाल चाल पुछण लई जा रहा सी। मंजी साहब नेड़े पिछो कैंटर ने मोटरसाइकिल नूं टक्कर मार दित्ती, जिस नाल मां अते पुत दी मौके ते ही मौत हो गई। मोटरसाइकिल ते सवार बच्ची गंभीर रूप विच जख्मी हो गई, जिस दी दुराहा दे निजी हस्पताल विच इलाज दौरान मौत हो गई। घटना की सूचना मिलते ही पुलिस चौकी कोटा के इंचार्ज थानेदार सुखविंदर पाल सिंह ने लाशा नूं कब्जे विच लै लिया अते अगलेरी जांच शुरू कर दित्ती। ये जी असी गोबिंदगढ़ तो जलंधर जाना सी, रस्ते दे विच एक्सीडेंट होया सी, देखिया कि दो तो डेड बॉडियां मतलब मौके पर मर चुके सी। जिहड़े एक बच्ची सी इन्हां दी जी 8 साल दी, जिसनू मैं फिर राजवंत हॉस्पिटल छड्ड आया दुराहे। ਇਹ ਹੋਇਆ ਐਕਸੀਡੈਂਟ ਕਿਵੇਂ ਤੁਹਾਨੂੰ ਦੇਖਿਆ? ਇਹ ਮੇਰੇ ਤੋਂ ਲਾ ਲਓ ਮੇਰੇ ਆਉਣ ਤੋਂ 1 ਮਿੰਟ ਪਹਿਲਾਂ ਹੋਇਆ ਹੋਗਾ। ਮੇਰੇ ਆਉਣ 'ਤੇ ਇੱਥੇ ਭੀੜ ਜਮ੍ਹਾਂ ਸੀਗੀ। ਮੇਰਾ ਨਾਮ ਪੱਕਾ ਜੀ ਜਸਵਿੰਦਰ ਹੈ। ਇਹ ਮੇਰੀ ਮਦਰ ਸੀਗੀ ਅਤੇ ਮੇਰਾ ਭਾਈ ਸੀਗਾ, ਮੇਰੀ ਬੇਟੀ ਸੀਗੀ ਛੋਟੀ ਇੰਦੂ, ਭਾਈ ਦੀ ਲੜਕੀ। ਅਤੇ ਕਿੱਥੇ ਐਕਸੀਡੈਂਟ ਹੋਇਆ? ਇਹ ਬੀਜੇ ਕੋਲ ਦੱਸਦੇ ਆ ਜੀ। ਕੀ ਵੱਜਿਆ ਕੀ? ਪਤਾ ਨਹੀਂ ਜੀ, ਇਸ ਤਾਂ ਹੁਣੇ ਹੀ ਆਇਆ ਜੀ ਉਰੇ। ਕਿੱਥੇ ਜਾ ਰਹੇ ਸੀ? ਇਹ ਦਰਾਹੇ ਜਾ ਰਹੇ ਸੀਗੇ ਜੀ। ਹੁਣ ਕਿੰਨੇ ਜਣੇ ਦੀ ਗੱਲ? ਇਹ 3 ਜਣੇ ਸੀ ਜੀ। ਬੱਚੀ ਜਿਹੜੀ ਹੈ? ਬੱਚੀ ਛੋਟੀ ਹੈ ਜੀ, 6-7 ਸਾਲ ਦੀ। ਉਹਦੇ ਉਹ ਕਿੱਥੇ ਕੀ ਸਥਿਤੀ ਹੈ ਜੀ, ਉਹਦੀ ਹਾਲਾਤ ਕਿੱਦਾਂ? ਕੁਛ ਨਹੀਂ ਪਤਾ ਜੀ, ਸਾਨੂੰ ਅਜੇ ਕੁਛ ਨਹੀਂ ਦੱਸਿਆ ਜੀ। ਕਿੰਨੇ ਜਣੇ ਜਾ ਰਹੇ ਸੀ? 3 ਜਣੇ ਜਾ ਰਹੇ। ਗੱਲ ਕਰੋ ਜੀ, ਦਰਾਹੇ ਜਾ ਰਹੇ ਸੀ, ਖਬਰ ਨੂੰ ਜਾ ਰਹੇ ਸੀਗੇ ਜੀ। ਸਾਡਾ ਮਾਸੜ ਜੀ ਸੀਗੇ, ਉਹ ਬਿਮਾਰ ਸੀਗੇ, ਉਹਨਾਂ ਦੀ ਖਬਰ ਨੂੰ ਜਾ ਰਹੇ ਖੰਨੇ ਦੇ ਜੀ, ਕ੍ਰਿਸ਼ਨਾ ਨਗਰ। ਮੈਂ ਤਾਂ ਪੇਂਟ ਦਾ ਕੰਮ ਕਰਦਾ ਜੀ, ਉਹਦਾ ਕੇਬਲ ਦਾ ਕੰਮ ਕਰਦਾ ਜੀ ਬ੍ਰਦਰ ਮੇਰਾ। ਆਹ ਖੜੇ ਨੇ ਵੀਰ ਜੀ, ਕੀ ਨਾਮ ਆਪਣੀ ਕੇਬਲ? ਆਨੰਦ ਕੇਬਲ। ਇਹ ਗੁਰਦੁਆਰਾ ਮੰਜੀ ਸਾਹਿਬ ਦੇ ਸਾਹਮਣੇ ਇੱਕ ਕੈਂਟਰ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ। ਮੋਟਰਸਾਈਕਲ ਦੇ 3 ਸਵਾਰ ਸੀਗੇ, 2 ਦੀ ਮੌਕੇ 'ਤੇ ਡੈੱਥ ਹੋ ਗਈ ਅਤੇ 1 ਦੀ ਹਸਪਤਾਲ ਦੇ ਵਿੱਚ, ਬੱਚੀ ਦੀ ਡੈੱਥ। ਸਰ ਕਿੱਥੋਂ ਜਾ ਰਹੇ ਸੀ, ਪਤਾ ਲੱਗਿਆ ਜੀ ਕੁਛ? ਨਹੀਂ, ਹਲੇ ਇਹਦੇ ਬਾਰੇ ਕੁਛ ਨਹੀਂ ਪਤਾ ਵੀ ਇਹ ਚੱਲੇ ਸੀ, ਜਾ ਰਹੇ ਸੀਗੇ ਲੁਧਿਆਣੇ ਵੱਲ ਨੂੰ ਜਾ ਰਹੇ ਸੀਗੇ। ਹਲੇ ਇਹਨਾਂ ਦੀਆਂ ਡੈੱਡ ਬੋਡੀਆਂ ਚੁਕਾ ਕੇ ਐਂਬੂਲੈਂਸ ਵਿੱਚ ਸਿਵਲ ਹਸਪਤਾਲ ਖੰਨਾ ਭੇਜੀਆਂ। ਜਿਹਨਾਂ ਦੀ ਮੌਤ ਹੋਈ ਆ, ਕੋਈ ਔਰਤ ਮਾਰ ਦਾ ਕਿੱਥੋਂ ਤੋਂ? ਉਹਨਾਂ ਬਾਰੇ ਹਲੇ ਕੁਛ ਨਹੀਂ ਪਤਾ ਚੱਲ ਸਕਿਆ। ਔਰਤ ਵੀ ਹੈਗੀ? ਇੱਕ ਔਰਤ ਆ, ਇੱਕ ਜੈਂਟਸ ਆ, ਇੱਕ ਬੱਚੀ ਆ।